ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਭਜੋਤ ਅਤੇ ਤੁਸੀਂ ਦੇਖ ਰਹੇ ਹੋ ਜੀ ਆਪਣਾ ਯੂਟਿਊਬ ਚੈਨਲ ਪ੍ਰਭਜੋਤ 26 ਮਹਿਰਾ। ਅਤੇ ਮੈਂ ਠੀਕ ਹਾਂ ਜੀ। ਆਈ ਹੋਪ ਕਿ ਤੁਸੀਂ ਵੀ ਸਾਰੇ ਵਧੀਆ ਹੋਵੋਗੇ। ਵੈਲਕਮ ਬੈਕ ਟੂ ਮਾਈ ਚੈਨਲ। ਅਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਵੀਡੀਓ ਦੇ। ਅਤੇ ਨਾਲ ਦੀ ਨਾਲ ਮੈਂ ਆਪਣੇ ਜਿਹੜਾ ਗਾਰਡਨਿੰਗ ਕਰੂੰਗੀ ਉਹਦੀ ਅਪਡੇਟ ਤੁਹਾਨੂੰ ਦਿੰਦੀ ਰਹੂੰਗੀ। ਅਤੇ ਜਿਸ ਤਰ੍ਹਾਂ ਮੈਂ ਪਲਾਂਟ ਤਿਆਰ ਕਰਦੀ ਹਾਂ ਉਹਦੀਆਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ। ਅਤੇ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰਿਓ ਜੀ। ਅਤੇ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ। ਅਤੇ ਚੈਨਲ ਲਾਈਕ ਸ਼ੇਅਰ ਕਰਿਓ ਜੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰਿਓ ਜੀ ਕਿ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗੀਆਂ ਜੀ। ਅਤੇ ਓਕੇ ਜੀ। ਹਾਂਜੀ, ਮੈਂ ਦੇਖੋ ਬੋਤਲ ਜਿਹੜੀ ਸਲਾਈਸ ਦੀ ਸੀਗੀ ਉਹਨੂੰ ਕੱਟ ਕੇ ਅਤੇ ਉਹਦੇ ਉੱਪਰ ਜਿਹੜਾ ਵਾਈਟ ਪੇਂਟ ਕਰਤਾ ਸੀਗਾ। ਅਤੇ ਇਹ ਮੈਂ ਕਰਕੇ ਹੁਣ ਇਹਨਾਂ ਨੂੰ ਸੁਕਾ ਲਿਆ। ਚਾਹੇ ਤਾਂ ਤੁਸੀਂ ਇਸ ਤਰ੍ਹਾਂ ਹੀ ਲਗਾ ਸਕਦੇ ਹੋ, ਜਿਹੜੇ ਪਲਾਂਟ ਨੇਗੇ ਇੱਦਾਂ ਹੀ ਲਗਾ ਦਿਓ ਉਹ ਵੀ ਵਧੀਆ ਲੱਗਣਗੇ। ਅਤੇ ਇਹਦੇ ਨੀਚੇ ਹੋਲ ਜ਼ਰੂਰ ਕਰ ਲਿਓ ਤਾਂ ਜੋ ਪਾਣੀ ਨਾ ਰੁਕੇ ਜੜ੍ਹਾਂ ਵਿੱਚ ਇਹਦੇ ਵਿੱਚ। ਅਤੇ ਇਹ ਮੈਂ ਤਿੰਨ ਜਿਹੜੇ ਹੈਗੇ ਨੇਗੇ ਮੈਂ ਪੇਂਟ ਕਰਕੇ ਰੱਖਤੇ ਸੀਗੇ ਅਤੇ ਇਹਨਾਂ ਦਾ ਜਿਹੜਾ ਕਲਰ ਹੈ ਸੁੱਕ ਗਿਆ। ਚਾਹੇ ਤੁਸੀਂ ਇੱਕ ਕਲਰ ਕਰਕੇ ਰੱਖ ਲਿਓ, ਪਰ ਮੈਂ ਇਹਦੇ 'ਤੇ ਇੱਕ ਨਹੀਂ, ਮੈਂ ਇਹਦੇ 'ਤੇ ਹੋਰ ਕਲਰ ਕਰੂੰਗੀ ਇਹਦੇ ਉੱਪਰ ਤਾਂ ਜੋ ਹੋਰ ਅਟਰੈਕਟਿਵ ਲੱਗਣ ਇਹ। ਅਤੇ ਇਹਨਾਂ ਨੂੰ ਜਿਹੜਾ ਮੈਂ ਪੇਂਟ ਕੀਤਾ ਹੋਇਆ ਵਾ ਉਹ ਕੀਤਾ ਵਾ ਇਹਦੇ ਨਾਲ, ਜਿਹੜੀ ਫੈਬਰਿਕ ਪੇਂਟ ਨੇਗੇ ਐਕਰਲਿਕ ਦੇ ਆਉਂਦੇ ਨੇਗੇ ਇਹ ਫੈਬਰਿਕ ਪੇਂਟ, ਅਤੇ ਉਹ ਕਲਰ ਕੀਤੇ ਨੇਗੇ। ਇਹ ਤੁਹਾਨੂੰ ਜਿਹੜਾ ਹੈਗਾ 20 ਰੁਪਏ ਦਾ, 25 ਰੁਪਏ ਪ੍ਰਿੰਟ ਰੇਟ ਹੈ, ਬਟ ਇਹ 20 ਰੁਪਏ ਦੀ ਮਿਲ ਜਾਂਦੀ ਹੈ ਤੁਹਾਨੂੰ ਇੱਕ ਜਿਹੜੀ ਬੋਟਲ ਹੈ ਇਹ, ਅਤੇ 20 ਰੁਪਏ ਦੀ ਮਿਲ ਜਾਂਦੀ ਹੈ। ਇਹਦੇ ਨਾਲ ਕੀਤਾ ਹੈ ਸਟੇਸ਼ਨਰੀ ਦੁਕਾਨ ਤੋਂ ਤੁਹਾਨੂੰ ਮਿਲ ਜੂ, ਜਿੱਥੋਂ ਕਿਤਾਬਾਂ ਵਗੈਰਾ ਮਿਲਦੀਆਂ ਨੇਗੀਆਂ ਉੱਥੋਂ ਫੈਬਰਿਕ ਪੇਂਟ ਕਹਿ ਕੇ ਲੈ ਲਿਓ। ਅਤੇ ਇਵੇਂ ਕਰਕੇ ਰੱਖ ਲਏ ਸੀਗੇ। ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ ਕਿ ਤੁਹਾਨੂੰ ਕਿਹੜੀ ਵਧੀਆ ਲੱਗੀ ਹੈ ਪੋਟ ਜਿਹੜੇ ਨੇਗੇ। ਅਤੇ ਇਹਨਾਂ ਦੇ ਵਿੱਚ ਚਾਹੇ ਤੁਸੀਂ ਪੈਨਸਲ ਵਗੈਰਾ ਰੱਖ ਕੇ ਵੀ ਯੂਜ਼ ਕਰ ਸਕਦੇ ਹੋ ਅਤੇ ਚਾਹੇ ਪਲਾਂਟ ਲਗਾ ਸਕਦੇ ਹੋ। ਮੈਂ ਪਲਾਂਟ ਲਗਾਉਣੇ ਨੇ ਅਤੇ ਇਸ ਲਈ ਮੈਂ ਇਹਨਾਂ ਨੂੰ ਹੁਣ ਦੇਖੋ ਲੱਗਦੇ ਨੇ ਕਿ ਇਹ ਤੇਲ ਵਾਲੀਆਂ ਬੋਤਲਾਂ ਸੀਗੀਆਂ ਆਪਣੀਆਂ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੇ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ। ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਚਲੋ ਜੀ, ਮਿਲਦੇ ਹਾਂ ਇਸੇ ਤਰ੍ਹਾਂ ਹੀ ਇੱਕ ਹੋਰ ਮਿੰਨੀ ਵਲੌਗ ਦੀ, ਇਹ ਮਿੰਨੀ ਵਲੌਗ ਦੀ ਤਰ੍ਹਾਂ ਹੀ ਤੁਹਾਨੂੰ ਮਿਲਣਗੇ ਕਿਉਂਕਿ ਮੇਰਾ ਫੋਨ ਖਰਾਬ ਹੈ ਅਤੇ ਉਹ ਠੀਕ ਕਰਾਉਣ ਨਾਲ, ਮੇਰੇ ਬੇਟਾ ਕਹਿੰਦਾ ਸੀਗਾ ਮੈਂ ਠੀਕ ਕਰਾ ਕੇ ਦਊਂਗਾ, ਉਹਨੂੰ ਟਾਈਮ ਨਹੀਂ ਲੱਗਦਾ ਹਲੇ, ਅਤੇ ਇਸ ਲਈ ਤੁਹਾਨੂੰ ਛੋਟੀ ਛੋਟੀ ਵੀਡੀਓਜ਼ ਮਿਲਣਗੀਆਂ। ਚਲੋ ਜੀ, ਮਿਲਦੇ ਆਪਾਂ ਅਗਲੇ ਵੀਡੀਓ ਦੇ ਵਿੱਚ।